ਪੰਜਾਬ ਦੇ ਵਿੱਚ ਇਸ ਵੇਲੇ ਕਿਸਾਨੀ ਦੀ ਜਿਹੜੀ ਹਾਲਤ ਹੈ ਬੇਹੱਦ ਤਰਸਯੋਗ। ਲੋਕ 15-15-20-20 ਦਿਨਾਂ ਤੋਂ ਆਪਣੀ ਜਿਣਸ ਲੈ ਕੇ ਅਤੇ ਉੱਥੇ ਸਰਕਾਰ ਦੇ ਹਾੜੇ ਕੱਢ ਰਹੇ, ਨਾ ਕੋਈ ਜਿਣਸ ਨੂੰ ਖਰੀਦਣ ਵਾਲਾ, ਨਾ ਕੋਈ ਲਿਫਟਿੰਗ ਕਰਨ ਵਾਲਾ। ਔਰ ਇੰਨੀ ਮਾੜੀ ਹਾਲਤ ਹੈ ਕਿ ਅੱਜ ਤੱਕ ਕਦੀ ਲੋਕਾਂ ਨੇ ਇਹ ਹਾਲ ਨਹੀਂ ਸੀ ਦੇਖੇ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਲੋਕਾਂ ਨੂੰ ਹਾਲ ਦੇਖਣੇ ਪੈ ਰਹੇ। ਦੂਜੇ ਪਾਸੇ ਜੇ ਕਣਕ ਬੀਜਣੀ ਹੈ ਤਾਂ DAP ਦੀ ਸ਼ਾਰਟੇਜ ਆ, DAP ਬਲੈਕ ਮਾਰਕੀਟ ਦੇ ਵਿੱਚ ਵਿਕਣੀ ਸ਼ੁਰੂ ਹੋ ਗਈ ਹੈ। ਪਰ ਨਾ ਤਾਂ ਸੂਬੇ ਦੀ ਸਰਕਾਰ ਨੂੰ ਚਿੰਤਾ, ਨਾ ਕੇਂਦਰ ਸਰਕਾਰ ਨੂੰ ਕੋਈ ਚਿੰਤਾ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਕੀਤਾ ਕਿ 5 ਤਰੀਕ ਮੰਗਲਵਾਰ ਨੂੰ 11 ਵਜੇ ਹਰ ਹਲਕੇ ਦੇ ਵਿੱਚ ਹਲਕਾ ਪੱਧਰ ਦੇ ਉੱਤੇ ਰੋਸ ਮੁਜ਼ਾਹਰੇ ਕਰਾਂਗੇ ਔਰ ਕਿਸਾਨ ਦੇ ਹੱਕ ਦੀ ਆਵਾਜ਼ ਬੁਲੰਦ ਕਰਾਂਗੇ। ਇੱਕ ਮੈਮੋਰੈਂਡਮ ਜਿਹੜਾ ਸਥਾਨਕ SDM ਜਾਂ ਡਿਪਟੀ ਕਮਿਸ਼ਨਰ ਉਹਨਾਂ ਨੂੰ ਦਿੱਤਾ ਜਾਏਗਾ ਔਰ ਸਰਕਾਰ ਨੂੰ ਅਸੀਂ ਚੇਤਾਵਨੀ ਦਿੰਦੇ ਕਿ ਜਾਂ ਤਾਂ ਇਮੀਡੀਏਟਲੀ ਆਪਣੀ ਡਿਊਟੀ ਕਰੋ, ਨਹੀਂ ਤਾਂ ਕੁਰਸੀ ਛੱਡ ਕੇ ਪਾਸੇ ਹੋ। ਗਲਤੀਆਂ ਤੁਸੀਂ ਕਰੋ, ਜਾਲਮਨਾ ਅਣਗਹਿਲੀ ਤੁਸੀਂ ਕਰੋ ਅਤੇ ਉਹਦੀ ਸਜ਼ਾ ਜਿਹੜੀ ਹੈ ਉਹ ਕਿਸਾਨ ਕਿਉਂ ਭੁਗਤੇ। ਇਸ ਕਰਕੇ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਉਹ ਆਪਣੀ ਜ਼ਿੰਮੇਵਾਰੀ ਨਿਭਾਏ ਔਰ ਜਿਹੜਾ ਕਿਸਾਨੀ ਦਾ ਐਡਾ ਵੱਡਾ ਸੰਕਟ ਹੈ ਉਹਦੇ ਹੱਲ ਵਾਸਤੇ ਤੁਰੰਤ ਜਿਹੜੇ ਆ ਕੁੰਭਕਰਨੀ ਨੀਤ ਤੋਂ ਜਾਗੇ।